ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿੱਥੋਂ ਤੱਕ ਲੋਕ ਸੇਫ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਗੱਡੀ ਅਜੇ ਵੀ ਇੱਥੇ ਖੜ੍ਹੀ ਹੋਈ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ GBC ਅਪਡੇਟ ਦੇ ਨਾਲ, ਅਤੇ ਗੱਲ ਕਰਦੇ ਹਾਂ ਇਸ ਜੋ ਟਾਂਡਾ ਰੋਡ ਦਾ ਜੇ ਪੁੱਲ ਹੈ ਉਸ ਦੇ ਹਾਲਾਤਾਂ ਦੀ। ਕੀ ਹਾਲਾਤ ਨੇ ਇਸ ਵੇਲੇ? ਇੱਕ ਤਾਂ ਬਰਸਾਤ ਦਾ ਮੌਸਮ ਹੈ ਅਤੇ ਵਰਖਾ ਜਿਹੜੀ ਹੈ ਲਗਾਤਾਰ ਪੈ ਰਹੀ ਹੈ, ਅਤੇ ਹਾਲਾਤ ਜਿਹੜੇ ਨੇ ਇਸ ਖੱਡ ਦੇ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਖੱਡ ਦੇ ਆਲੇ ਦੁਆਲੇ ਮਿੱਟੀ ਤਾਂ ਪਾ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ, ਪਰ ਇਹ ਮਿੱਟੀ ਪਾਉਣ ਤੋਂ ਬਾਅਦ ਵੀ ਕਿੰਨੀ ਕੁ ਸੇਫਟੀ ਹੈ ਆਮ ਲੋਕਾਂ ਦੀ? ਜਿਹੜੀਆਂ ਗੱਡੀਆਂ ਇੱਥੋਂ ਵਹੀਕਲਸ ਆਉਂਦੇ ਨੇ, ਪੱਥਰ ਵੀ ਲਗਾਏ ਗਏ ਨੇ, ਪਰ ਮਿੱਟੀ ਜਿਹੜੀ ਹੈ ਉਹ ਇਹਨਾਂ ਬਰਸਾਤਾਂ ਦੇ ਨਾਲ, ਹੁਣ ਅੱਗੇ ਆਉਣ ਵਾਲੀਆਂ ਜੋ ਭਾਰੀ ਬਰਸਾਤਾਂ ਆਉਣੀਆਂ ਨੇ ਉਹਨਾਂ ਦੇ ਨਾਲ ਵੀ ਇਹ ਮਿੱਟੀ ਜਿਹੜੀ ਖੁਰ ਕੇ ਥੱਲੇ ਡਿੱਗ ਜਾਵੇਗੀ, ਅਤੇ ਹਾਦਸਾ ਗ੍ਰਸਤ ਹੈ ਜਿਹੜਾ ਇੱਕ ਖਤਰੇ ਦੀ ਘੰਟੀ ਹੈ। ਥੋੜ੍ਹੇ ਦਿਨ ਪਹਿਲਾਂ ਵੀ ਇੱਥੋਂ ਇੱਕ ਗੱਡੀ ਜਿਹੜੀ ਉੱਥੋਂ ਇਸ ਖੱਡ ਦੇ ਵਿੱਚ ਡਿੱਗ ਚੁੱਕੀ ਸੀ, ਅਤੇ ਗੱਡੀ ਅਜੇ ਵੀ ਇੱਥੇ ਖੜ੍ਹੀ ਹੋਈ ਹੈ। ਪੁਲਿਸ ਵਿਭਾਗ ਵੱਲੋਂ ਵੀ ਇਹ ਗੱਡੀ ਜਿਹੜੀ ਇੱਥੋਂ ਲਿਜਾਈ ਨਹੀਂ ਗਈ, ਅਤੇ ਇਹਨਾਂ ਹਾਦਸਾਗ੍ਰਸਤ ਤੋਂ ਬਚਾਅ ਕਰਨ ਵਾਸਤੇ ਨਗਰ ਨਿਗਮ ਵਿਭਾਗ ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਅਗਰ ਕਾਰਵਾਈ ਕੀਤੀ ਹੈ, ਸਿਰਫ ਇਸ ਦੇ ਆਲੇ ਦੁਆਲੇ ਥੋੜ੍ਹੀ ਜਿਹੀ ਮਿੱਟੀ ਪਾ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਿਰਫ ਇੱਕ ਅਵੇਅਰ ਕੀਤਾ ਜਾ ਸਕੇ ਕਿ ਇਹ ਖੱਡ ਹੈ, ਪਰ ਕਿੱਥੋਂ ਤੱਕ ਸੇਫਟੀ ਹੈ ਇਸ ਮਿੱਟੀ ਦੇ ਪਾਉਣ ਦੇ ਨਾਲ, ਇਹ ਤਾਂ ਪ੍ਰਸ਼ਾਸਨ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ। ਜਾਨ ਮਾਲ ਦੀ ਰਾਖੀ ਦੀ ਦੇ ਵਚਨਬੱਧ ਪੰਜਾਬ ਸਰਕਾਰ, ਜੋ ਕਿ ਦੁਹਾਈਆਂ ਦੇ ਰਿਹਾ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਜੋ ਕਰਾਂਗੇ, ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕਿੱਥੋਂ ਤੱਕ ਲੋਕ ਸੇਫ ਨੇ, ਕਿੱਥੋਂ ਤੱਕ ਲੋਕ ਬਚ ਸਕਦੇ ਨੇ ਐਕਸੀਡੈਂਟ ਦੇ ਇਹਨਾਂ ਹਾਦਸਿਆਂ ਤੋਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜੇ ਕੋਈ ਹੋਰ ਹਾਦਸਾ ਵੱਡਾ ਵੀ ਵਾਪਰਦਾ ਤਾਂ ਉਸ ਵਿੱਚ ਦੋਸ਼ ਸਿਰਫ ਪ੍ਰਸ਼ਾਸਨ ਦਾ ਹੋਵੇਗਾ, ਅਤੇ ਜਿਹੜਾ ਪ੍ਰਸ਼ਾਸਨ ਵੱਲੋਂ ਅਣਗਹਿਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਇਸ ਪੁੱਲ ਦੇ ਹਾਲਾਤ ਵੀ ਜੋ ਇਹਨਾਂ ਵਿੱਚ ਇੱਕ ਗੈਪ ਪੈ ਗਿਆ, ਜਦੋਂ ਇੱਕ ਗੱਡੀ ਭਾਰੀ ਗੱਡੀ ਇੱਥੋਂ ਲੰਘਦੀ ਹੈ ਤਾਂ ਇਹ ਪੁੱਲ ਵੀ ਹਿਲਦਾ, ਕਿਸੇ ਵੇਲੇ ਵੀ ਇਹ ਪੁੱਲ ਦੇ ਡਿੱਗਣ ਦੇ ਆਸਾਰ ਬਣ ਸਕਦੇ ਨੇ, ਅਤੇ ਕੋਈ ਵੀ ਇਸ ਬਾਰੇ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕ ਰਿਹਾ। ਕੋਈ ਠੋਸ ਕਦਮ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਪ੍ਰਸ਼ਾਸਨ ਨੂੰ, ਤਾਂ ਜੋ ਲੋਕਾਂ ਦੀ ਸੇਫਟੀ ਜੋ ਹੈ ਉਹ ਧਿਆਨ ਵਿੱਚ ਰੱਖੀ ਜਾ ਸਕੇ। ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਜੀਤ ਸਿੰਘ ਚੀਮਾ, ਧੰਨਵਾਦ।